ਆਨਲਾਈਨ ਚਲਾਨ ਕੀਤੇ ਜਾ ਰਹੇ ਹੈ, ਕੀ ਕਾਰਨ ਹੈ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਸੰਦੇਸ਼ ਤੁਹਾਡੇ ਚੈਨਲ ਜਿਹੜੇ ਅਸੀਂ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਹੁਣ ਈ ਚਲਾਨ ਸ਼ੁਰੂ ਹੋ ਗਏ ਹੈ, ਜਿਹੜੀਆਂ ਗੱਡੀਆਂ ਰੌਂਗ ਪਾਰਕਿੰਗ ਖੜ੍ਹੀਆਂ ਕਰਦੇ ਹੈ, ਉਹਦੇ ਵਿੱਚ ਸਾਨੂੰ ਮਾਲਕ ਨੂੰ ਦੇਖਣ ਦੀ ਲੋੜ ਨਹੀਂ ਪੈਂਦੀ। ਅਸੀਂ ਉਹਦਾ ਮਤਲਬ ਰੌਂਗ ਪਾਰਕਿੰਗ ਦਾ ਈ ਚਲਾਨ ਕਰਕੇ ਅਤੇ ਪਰਚੀ ਉਹਦੇ ਨਾਲ ਅਸੀਂ ਲਾ ਦਿੰਦੇ ਹਾਂ ਅਤੇ ਔਨਲਾਈਨ ਉਹਦੇ ਰਿਕਾਰਡ ਕਰ ਜਾਣਾ। ਜਦੋਂ ਉਹਨੇ ਇੰਸ਼ੋਰੈਂਸ ਕਰਾਉਣੀ ਹੈ, ਪੋਲਿਸੀ ਕਰਾਉਣਾ ਹੈ, ਤਾਂ ਪਹਿਲਾਂ ਉਹਨੂੰ ਚਲਾਨ ਭਰਨਾ ਪਊਗਾ, ਉਹ ਤੋਂ ਬਾਅਦ ਹੀ ਉਹ ਹੋ ਪਾਊਗਾ। ਬਾਕੀ ਤੁਹਾਡੇ ਚੈਨਲ 'ਤੇ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਵੀ ਜਦੋਂ ਤੁਸੀਂ ਸ਼ਹਿਰ 'ਚ ਆਉਂਦੇ ਹੈ ਅਤੇ ਇੱਥੇ ਮਾਰਵੀ ਕੰਪਲੈਕਸ ਦੇ ਵਿੱਚ ਪਾਰਕਿੰਗ ਹੈਗੀ ਹੈ, ਕ੍ਰਿਸ਼ਨਾ ਮੰਡੀ 'ਚ ਪਾਰਕਿੰਗ ਹੈਗੀ ਹੈ, ਕੁਛ ਲੰਬੇ ਟਾਈਮ ਤੱਕ ਰੁਕਣਾ ਹੈ, ਗੁਰਦੁਆਰਾ ਸ਼ੀਸ ਗੰਜ ਸਾਹਿਬ ਬਹੁਤ ਵੱਡੀ ਪਾਰਕਿੰਗ ਹੈ, ਅਤੇ ਆਪਣੀ ਗੱਡੀ ਨੂੰ ਮਤਲਬ ਪਾਰਕਿੰਗ 'ਚ ਲਾਓ, ਨਾ ਕਿ ਰੋਡ 'ਤੇ ਖੜ੍ਹੀ ਕਰੋ। ਰੋਡ 'ਤੇ ਖੜ੍ਹੀ ਕਰੋਗੇ ਤਾਂ ਚਲਾਨ ਹੋਊਗਾ, ਜਿਹਦਾ ਕਿ ਤੁਹਾਨੂੰ ਨੁਕਸਾਨ ਹੋਊਗਾ। ਅਫਸਰਾਂ ਦੀ ਬਹੁਤ ਸਖ਼ਤ ਹਦਾਇਤ ਹੈ ਅਤੇ ਅੱਜ ਵੀ ਅਸੀਂ ਮਤਲਬ 20 ਚਲਾਨ ਕਰੇ ਹਾਂ ਅਤੇ ਰੌਂਗ ਪਾਰਕਿੰਗ, ਅਤੇ ਫਿਰ ਜਦੋਂ ਰੌਂਗ ਪਾਰਕਿੰਗ ਚਲਾਨ ਹੁੰਦਾ ਉਹਦੇ ਨਾਲ ਫਿਰ ਸਾਰਾ ਕਾਰਡ ਚੱਕ ਲੈਂਦੀ ਆ ਮਸ਼ੀਨ, ਬਹੁਤ ਜ਼ਿਆਦਾ ਜ਼ੋਰ ਤਾਂ ਨਹੀਂ ਹੁੰਦੀਆਂ, ਪੋਲਿਊਸ਼ਨ ਨਹੀਂ ਹੁੰਦੇ, ਫਿਰ ਉਹ ਵੀ ਨਾਲ ਹੋ ਜਾਂਦਾ, ਇਹਦੇ ਕਰਕੇ ਜੁਰਮਾਨਾ ਬਹੁਤ ਭਾਰੀ ਹੋ ਜਾਂਦਾ।